ਅੰਮ੍ਰਿਤਸਰ ਦੇ ਕੁਪ ਵਿਖੇ 메ਨ ਹਾਈਵੇ ਦੇ ਚੱਲ ਰਹੇ ਕਿਸਾਨਾਂ ਦੇ ਦਰਨੇ ਨੂੰ 3 ਦਿਨ ਬੀਤਣ ਤੋਂ ਬਾਅਦ ਆਖਰਕਾਰ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਆਪਣਾ ਦਰਨਾ ਸਮਾਪਤ ਕਰ ਦਿੱਤਾ ਗਿਆ ਤੇ ਲੁਧਿਆਣਾ ਪਟਿਆਲਾ ਸੰਗਰੂਰ ਮੁੱਖ ਮਾਰਗ ਖੁੱਲਤਾ ਗਿਆ ਰਾਹgirਾਂ ਦੇ ਲਈ ਆਨ ਜਾਣ ਦੇ ਲਈ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਲੁਧਿਆਣਾ ਪਟਿਆਲਾ ਜਾਣ ਲਈ ਲੋਕਾਂ ਨੂੰ ਜਿਸ ਕਰਕੇ ਹੁਣ ਇਹ ਸੜਕ ਖਾਲੀ ਹੋ ਗਈ ਆ ਦੱਸ ਦੇ ਕਿ ਕਿਸਾਨ ਆਪਣੀਆਂ ਫਸਲ ਖੇਤਾਂ ਦੇ ਜ਼ਮੀਨਾਂ ਦੇ ਮੁੱਲ ਜ਼ਿਆਦਾ ਮੰਗ ਰਏ ਸੀ ਜੋ ਨੈਸ਼ਨਲ ਐਕਸਪ੍ਰੈਸ ਵੇ ਜੋ ਕੇਂਦਰ ਸਰਕਾਰ ਬਣਾਉਣ ਜਾ ਰਹੀ ਹੈ ਉਸ ਨੂੰ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੇਦੀਆਂ ਜਾਣੀਆਂ ਸੀ ਜਿਸ ਦਾ ਰੇਟ ਘੱਟ ਹੋਣ ਕਰਕੇ ਕਿਸਾਨਾਂ ਨੇ ਤਰਨਾ ਪ੍ਰਦਰਸ਼ਨ ਕੀਤਾ ਕਿ ਕੁਝ ਕਿਹਾ ਕਿਸਾਨਾਂ ਨੇ ਜਾਣੋ ਜੋ ਸਾਨੂੰ ਰੇਟ ਮਿਲ ਰਿਹਾ ਹੈਗਾ ਉਹ ਜਿਹੜੇ ਸਾਡੇ ਕਲੈਕਟਰ ਰੇਟ ਨੇ ਜਾਂ ਸ਼ਾਂਟ ਰੇਟ ਨੇ ਉਹਨਾਂ ਦੇ ਮੁਤਾਬਕ ਮਿਲ ਰਿਹਾ ਹੈਗਾ ਪਰ ਜਿਹੜੀ ਸਾਡੀ ਡਿਮਾਂਡ ਹੈ ਉਹ ਇਹ ਕਿ ਜਿਹੜਾ ਮਾਰਕੀਟ ਰੇਟ ਹੈ ਇਸ ਵੇਲੇ ਜ਼ਮੀਨ ਦਾ ਚੱਲ ਰਿਹਾ 25 30 ਲੱਖ 35 ਲੱਖ ਰੁਪਏ ਕਿੱਲਾ ਹੈਗਾ ਉਹਨੂੰ ਮਲਟੀਪਲਾਈ ਕਰਕੇ ਦਿੱਤਾ ਜਾਵੇ ਕਿਉਂਕਿ ਇਹ ਕਲੈਕਟਰ ਰੇਟ ਨੇ ਜਿਹੜੇ ਇਹ ਤਾਂ ਸਰਕਾਰ ਨੇ ਬਹੁਤ ਜ਼ਿਆਦਾ ਘਟਾਏ ਹੋਏ ਨੇ 5 ਲੱਖ 6 ਲੱਖ 7 ਲੱਖ ਤੋਂ ਵੱਧ ਕਿਤੇ ਵੀ ਕਲੈਕਟਰ ਰੇਟ ਨਹੀਂ ਹੈਗਾ ਉਸੇ ਹਿਸਾਬ ਨਾਲ ਲੋਕ ਰਜਿਸਟਰੀਆਂ ਕਰਾਉਂਦੇ ਆ ਉਸੇ ਹਿਸਾਬ ਨਾਲ ਇਹ ਸ਼ਾਂਟ ਰੇਟ ਨਿਕਲਦੇ ਆ ਪਰ ਜ਼ਮੀਨ ਦਾ ਜਿਹੜਾ ਅਸਲ ਦੇ ਵਿੱਚ ਰੇਟ ਹੈ ਉਹ ਤਾਂ 30 ਤੋਂ 35 ਲੱਖ ਰੁਪਏ ਕਿਲਾ ਆਮ ਵਿਕਦਾ ਕਿਉਂਕਿ ਸ਼ਹਿਰਾਂ ਦੇ ਨੇੜੇ ਦੀ ਜ਼ਮੀਨ ਹੈਗਾ ਬੜੀ ਉਪਜਾਊ ਜ਼ਮੀਨ ਹੈ ਕਿੰਨੀਕ ਜ਼ਮੀਨ ਇੱਥੇ ਪੰਜਾਬ ਦੇ ਵਿੱਚ ਹੈਗੀ ਹੈ ਅੱਛਾ ਦੂਸਰਾ ਜਿਹੜਾ ਇਹ ਸਾਨੂੰ ਵਾਰ-ਵਾਰ ਕਹਿੰਦੇ ਆ ਕਿ ਤੁਸੀਂ ਆਰਬਿਟ੍ਰੇਸ਼ਨ ਚੱਲੇ ਜਾਓ ਆਰਬਿਟ੍ਰੇਸ਼ਨ ਚੱਲੇ ਜਾਓ ਇਹ ਵੀ ਇਹਨਾਂ ਦੀ ਉਹ ਹੈ ਗ ਸਾਨੂੰ ਕੀ ਕਹਿਣਾ ਚਾਹੀਦਾ ਹੁਣ ਜਿਹੜੇ ਆਰਬਿਟਰੇਟਰ ਲਾਏ ਹੋਏ ਨੇਗੇ ਜਿਸ ਤਰ੍ਹਾਂ ਪਹਿਲਾਂ ਹੁੰਦੇ ਸੀ ਐਸ.ਆਰ. ਲੱਦੜ ਜੀ ਹੁੰਦੇ ਸੀ ਜਦਪਿੰਦਰ ਸਿੰਘ ਢਿੱਲੋਂ ਜੀ ਹੁੰਦੇ ਸੀ ਕੀ ਇਹ ਉਹ ਹਜ਼ਾਰ ਆਰਬਿਟਰੇਟਰ ਦੁਬਾਰਾ ਲਾਉਣਗੇ ਉਹਨਾਂ ਨੂੰ ਦੁਬਾਰਾ ਅਪਾਇੰਟ ਕਰਨਗੇ ਕੀ ਉਹ ਕਿਸਾਨ ਹੇਤੂ ਆਰਬਿਟਰੇਟਰ ਸੀਗੇ ਹੁਣ ਇਹ ਆਪਣੇ ਆਰਬਿਟਰੇਟਰ ਲਾ ਰਹੇ ਨੇਗੇ ਉਹਨਾਂ ਤੋਂ ਸਾਨੂੰ ਕਿੰਨੀ ਕਾਸ਼ ਹੋ ਸਕਦੀ ਹੈਗੀ ਉਹਨਾਂ ਦੇ ਪਾਬਜੇ ਠੀਕ ਨਹੀਂ ਮੰਨਸਾ ਉਹਨਾਂ ਦੀ ਇਹ ਜਿਹੜਾ ਰੋਡ ਵਾਲੀ ਜ਼ਮੀਨ ਆ ਜੀ ਇਹ ਵੀ ਇੱਕੋ ਹੀ ਕਾਲੇ ਕਾਨੂੰਨਾਂ ਨਾਲ ਜੁੜਦੀ ਆ ਬਿਲਕੁਲ ਕੋਈ ਪੁੱਛ ਨਹੀਂ ਕੋਈ ਵੇਚ ਨਹੀਂ ਜੀ ਸਰੇ ਆਮ ਸਰਕਾਰ ਧੱਕਾ ਕਰਦੀ ਆ ਸਾਡੇ ਨਾਲ ਸਰੇਅਮ ਧੱਕਾ ਕੀਤਾ ਜੀ ਸਾਡੇ 7 ਪਿੰਡਾਂ ਦੀ ਜ਼ਮੀਨ ਕੌਡੀਆਂ ਦੇ ਪਾ ਲੈਣਾ ਚਾਹੁੰਦੇ ਨੇ 56 ਲੱਖ 68 ਹਜ਼ਾਰ ਦਾ ਬਾੜ ਸਾਨੂੰ ਪਾ ਰਹੇ ਨੇ ਜੀ ਜੋ ਕਿ ਸਾਨੂੰ ਮਨਜ਼ੂਰ ਨਹੀਂ ਭਵਾਨੀਗੜ੍ਹ ਦਾ 66 ਪਲੱਸ ਪਿਆ ਧੂਰੀ ਦਾ ਬਾੜ ਦੇ ਲਗਭਗ ਮਲੇਰ ਕੋੜਲਾ ਵੀ 61 ੜ ਬਾੜ ਦੇ ਵਿੱਚ ਆ ਜੀ ਇਹ ਸਾਡੇ ਨਾਲ ਸਰੇਅਮ ਧੱਕਾ ਜੀ ਇਹਨਾਂ ਦਾ ਅਸੀਂ ਇਹ ਸਹਿਣ ਨਹੀਂ ਕਰਾਂਗੇ ਸਰਕਾਰ ਦੀਆਂ ਜਿਹੜੀਆਂ ਵੀ ਨੀਤੀਆਂ ਨੇ ਉਹ ਸਾਡੇ ਪੂਰੇ ਭਾਰਤ ਦੇ ਲੋਕਾਂ ਦੀ ਘਾਤਕ ਨੇ ਅੱਜ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਇਹ ਅੱਜ ਪੂਰੇ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਆਂ ਭਾਵੇਂ ਉਹ ਰੋਡਾਂ ਦੀ ਲੜਾਈ ਆ ਭਾਵੇਂ ਸਾਡੇ ਬਿੱਲਾਂ ਦੀ ਲੜਾਈ ਆ ਭਾਵੇਂ ਸਾਡੀਆਂ ਬੇਰੁਜ਼ਗਾਰੀ ਦੀ ਲੜਾਈਆਂ ਸਾਡੇ ਨੌਜਵਾਨ ਲੜ ਰਹੇ ਨੇ ਹਰ ਪਾਸੇ ਸਰਕਾਰ ਆ ਜਿਹੜੀ ਉਹ ਸਾਡਾ ਗਲ ਕੁੱਟਣਾ ਚਾਹੁੰਦੀ ਆ ਉਹ ਸਾਮਰਾਜੀ ਕੰਪਨੀਆਂ ਦੀ ਹੋ ਚੁੱਕੀ ਆ ਸਾਡੇ ਲਈ ਕੋਈ ਕਾਨੂੰਨ ਸਾਡੇ ਫਾਇਦੇ ਲਈ ਨਾ ਬਣਿਆ ਤੇ ਨਾ ਬਣੇ ਜਿਹੜੇ ਵੀ ਕਾਨੂੰਨ ਬਣਨਗੇ ਇਹ ਕਾਨੂੰਨ ਘਾੜਿਆ ਨੇ ਸਾਡੇ ਲਈ ਇੱਕ ਮਾਰੂ ਕਾਨੂੰਨ ਬਣਾਉਣੇ ਆ